ਗਲੋਬਲ ਸਟਾਰ ਦਿਲਜੀਤ ਦੋਸਾਂਝ ਦੇਸ਼ ਅਤੇ ਵਿਦੇਸ਼ ਬੈਠੇ ਦਰਸ਼ਕਾਂ ਵਿਚਾਲੇ ਪ੍ਰਸੰਸਾ ਬਟੋਰ ਰਹੇ ਹਨ। ਇਸ ਦੌਰਾਨ ਨਿਊ ਜਰਸੀ ਦੇ ਗਵਰਨਰ ਵੱਲੋਂ ਵੀ ਦੋਸਾਂਝਾਂ ਵਾਲੇ ਦੀ ਰੱਜ ਕੇ ਤਾਰੀਫ ਕੀਤੀ ਗਈ ਹੈ। ਦਰਅਸਲ ਮਰਫੀ ਨੇ ਕਿਹਾ ਕਿ ਦੋਸਾਂਝ ਦੀ ਅਮਰੀਕਾ ਵਿੱਚ ਸਫਲਤਾ ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਪਲ ਹੈ। ਗਵਰਨਰ ਵੱਲੋਂ ਅਮਰੀਕੀ ਰਾਜ ਵਿੱਚ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਸੋਲਡ ਹੋਣ ਤੇ ਨਾ ਸਿਰਫ ਤਾਰੀਫ ਕੀਤੀ ਸਗੋਂ ਉਸਦਾ ਧੰਨਵਾਦ ਵੀ ਕੀਤਾ। ਦੱਸਦੇ ਹੈ ਕਿ ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਵੱਖ ਵੱਖ ਸਰੋਤਿਆਂ ਨੂੰ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਮਰਫੀ ਨੇ ਲਿਖਿਆ ਕਿ ਤੁਹਾਡਾ ਧੰਨਵਾਦ ਦਿਲਜੀਤ ਦੋਸਾਂਝ, ਬੀਤੀ ਰਾਤ ਪਿਓਰ ਸੈਂਟਰ ਵਿਖੇ ਵਿਕਣ ਵਾਲੇ ਸ਼ੋਅ ਦੇ ਨਾਲ ਨਿਊ ਜਰਸੀ ਵਿੱਚ ਤੁਹਾਡਾ ਟੂਰ ਨੂੰ ਲਿਆਉਣ ਲਈ। ਦਿਲਜੀਤ ਦੀ ਸਫਲਤਾ US ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਪਲ ਹੈ, ਜਿਸ ਵਿੱਚ ਨਿਊ ਜਰਸੀ ਦੇ ਹਜ਼ਾਰਾਂ ਲੋਕ ਵੀ ਸ਼ਾਮਿਲ ਹਨ ਜੋ ਉਹਨਾਂ ਦੇ ਸੰਗੀਤ ਤੇ ਨੱਚਦੇ ਹੋਏ ਨਜ਼ਰ ਆਏ। ਉਹਨਾਂ ਆਪਣੀ ਪੋਸਟ ਵਿੱਚ ਪੰਜਾਬੀ ਗਾਇਕ ਵੱਲੋਂ ਬੋਲੀ ਇੱਕ ਲਾਈਨ ਦੀ ਵਰਤੋਂ ਕੀਤੀ ਹੈ ਜੋ ਕਿ ਉਦੋਂ ਤੋਂ ਪ੍ਰਸਿੱਧ ਹੈ ਜਦੋਂ ਤੋਂ ਦੋਸਾਂਝ ਨੇ ਪਹਿਲਾਂ ਆਪਣੇ ਕੋਚੇਲਾ ਸੰਗੀਤ ਸਮਾਰੋਹ ਦੌਰਾਨ ਇਸ ਨੂੰ ਵਰਤਿਆ ਸੀ। ਦਰਅਸਲ ਇਹ ਪੰਜਾਬੀ ਆ ਗਏ ਸੀ। ਬਾਅਦ ਵਿੱਚ ਦਿਲਜੀਤ ਨੇ ਹੱਥ ਜੋੜ ਕੇ ਇਮੋਜੀ ਨਾਲ ਮਰਫੀ ਦੀ ਪੋਸਟ ਦਾ ਜਵਾਬ ਦਿੱਤਾ। ਦੱਸ ਦਈਏ ਕਿ ਦਿਲਜੀਤ ਦੋਸਾਂਝ ਇਨੀ ਦਿਨੀ ਵਿਦੇਸ਼ ਵਿੱਚ ਆਪਣੇ ਸ਼ੋਅ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ। ਖਾਸ ਗੱਲ ਇਹ ਹੈ ਕਿ ਦਿਲਜੀਤ ਦੇ ਸਾਰੇ ਸ਼ੋਅ ਸੋਲਡ ਆਊਟ ਹੋ ਰਹੇ ਹਨ। ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਲੋਕ ਪੰਜਾਬੀ ਕਲਾਕਾਰ ਦੇ ਸ਼ੋਅ ਦਾ ਹਿੱਸਾ ਬਣ ਰਹੇ ਹਨ।